गुड मॉर्निंग प्यारे बच्चों, तुसी सारे सत्तवीं क्लास पास करके अठवीं क्लास विच आ गए हो बच्चों। ते तुसी हर रोज़ गणित विच नवे नवे टॉपिक्स पढ़ते हो, तुहानू बहुत मज़ा भी आ रहा होना है। कई बच्चों कुछ आपां नू औखा भी लगता है कई बार कि ये टॉपिक असी नवा पढ़ रहे हाँ, इहदे विच सानू ये समझ नहीं आ रहा है। बच्चों तुहानू पता है गणित दे विच एक बहुत दिलचस्प गल ये हुंदी है कि जो भी तुसी पढ़ रहे हो उहदा कुछ ना कुछ हिस्सा तुसी पिछली क्लास दे विच जरूर पढ़ के आए हुंदे हो, है ना? ये गल बिल्कुल ठीक। तुहाडे अध्यापक साहबान भी कहिंदे होणगे कोई भी टॉपिक करा रहे हन, बेटा तुसी छेवीं च पढ़िया सी, सत्तवीं च पढ़िया सी, हुण आपां अठवीं क्लास च पढ़ रहे हाँ। तां बेटे जदों भी तुहानू मैथ दे विच कोई नवा टॉपिक इंट्रोड्यूस किया जाता है तां तुहानू उहदे नाल दा तुसी पिछली क्लास च की पढ़िया उह जरूर पहलां तुहाडे टीचर भी याद कराउंदे हन। ते अज आपां जिहड़ा विशा पढ़न जा रहे हाँ ਉਹ ਹੈ ਸਮਾਨ ਅਨੁਪਾਤ ਬਾਰੇ, ਸਿੱਧੇ ਅਤੇ ਉਲਟ ਸਮਾਨ ਅਨੁਪਾਤ। ਹੁਣ ਇਹਦੇ ਵਿੱਚੋਂ ਕਿਹੜਾ ਸ਼ਬਦ ਤੁਸੀਂ ਬੇਟੇ ਪਹਿਲਾਂ ਸੁਣਿਆ ਹੋਇਆ ਹੈ? ਅਨੁਪਾਤ, ਸ਼ਾਬਾਸ਼ ਅਤੇ ਸਮਾਨ ਅਨੁਪਾਤ ਵੀ ਸੁਣਿਆ ਹੋਇਆ ਹੈ। ਸਿੱਧਾ ਅਤੇ ਉਲਟ ਅਸੀਂ ਇਹਦੇ ਨਾਲ ਅਸੀਂ ਕੁਛ ਨਵਾਂ ਪੜ੍ਹ ਲਵਾਂਗੇ ਅੱਠਵੀਂ ਦੇ ਵਿੱਚ। ਤਾਂ ਬੱਚਿਓ ਇਸ ਕਰਕੇ ਤੁਹਾਨੂੰ ਮੈਂ ਇਹ ਜ਼ਰੂਰ ਦੱਸਣਾ ਚਾਹਾਂਗੀ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਕਿ ਜਦੋਂ ਵੀ ਤੁਸੀਂ ਐਜੂਸੇਟ ਕਲਾਸ ਦੇ ਵਿੱਚ ਆਉਂਦੇ ਹੋ ਬੇਟੇ ਤਾਂ ਤੁਹਾਡੇ ਕੋਲ ਇੱਕ ਪੈਨਸਿਲ, ਕਾਪੀ ਅਤੇ ਹੋ ਸਕੇ ਤਾਂ ਗਣਿਤ ਵੀ ਇਹ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ। ਉਹਦੇ ਨਾਲ ਜੇਕਰ ਤੁਹਾਡਾ ਇਹ ਵਿਸ਼ਾ ਕਲਾਸ 'ਚ ਚੱਲ ਰਿਹਾ ਤਾਂ ਤੁਹਾਡੀ ਇੱਥੇ ਰਿਵੀਜ਼ਨ ਹੋ ਜਾਂਦੀ ਹੈ, ਜੇਕਰ ਹਜੇ ਕਲਾਸ ਵਿੱਚ ਨਹੀਂ ਸ਼ੁਰੂ ਹੋਇਆ ਤਾਂ ਤੁਹਾਨੂੰ ਇੱਥੇ ਪਹਿਲਾਂ ਉਹਦੀ ਇੰਟਰੋਡਕਸ਼ਨ ਮਿਲ ਜਾਂਦੀ ਹੈ। ਤਾਂ ਦੋਨੇ ਹੀ ਕੇਸਿਸ ਦੇ ਵਿੱਚ ਤੁਹਾਡਾ ਬਹੁਤ ਇਹਦੇ ਨਾਲ ਲਾਭ ਹੁੰਦਾ ਹੈ। ਪਰ ਜ਼ਰੂਰੀ ਇਹ ਹੈ ਕਿ ਤੁਸੀਂ ਸਾਰੇ ਅੱਗੇ ਤੋਂ ਆਪਣੀ ਕਾਪੀ ਅਤੇ ਨਾਲ ਇੱਕ ਪੈਨਸਿਲ ਜਾਂ ਪੈੱਨ ਹੈ ਜਿਹੜਾ ਜ਼ਰੂਰ ਲੈ ਕੇ ਤੁਸੀਂ ਕਲਾਸਰੂਮ ਦੇ ਵਿੱਚ ਆਓ। ਅਤੇ ਆਓ ਬੱਚਿਓ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਆਪਣਾ ਚੈਪਟਰ ਸਿੱਧਾ ਸਮਾਨ ਅਨੁਪਾਤ। ਬੱਚਿਓ ਮੈਂ ਤੁਹਾਨੂੰ ਜਿਵੇਂ ਦੱਸਿਆ ਆਪਾਂ ਪਿਛਲੀ ਕਲਾਸ 'ਚ ਕੀ ਪੜ੍ਹ ਕੇ ਆ, ਪਹਿਲਾਂ ਆਪਾਂ ਥੋੜ੍ਹਾ ਜਿਹਾ ਉਹਦੇ ਬਾਰੇ ਗੌਰ ਕਰਾਂਗੇ। ਤੁਸੀਂ ਪਿਛਲੀ ਕਲਾਸ ਦੇ ਵਿੱਚ ਅਨੁਪਾਤ ਅਤੇ ਸਮਾਨ ਅਨੁਪਾਤ ਬਾਰੇ ਜ਼ਰੂਰ ਪੜ੍ਹਿਆ। ਅਨੁਪਾਤ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਹੀ ਪੁੱਛਾਂਗੀ। ਅਨੁਪਾਤ ਬਾਰੇ ਤੁਸੀਂ ਸੁਣਿਆ ਹੈ ਕਿ ਜਦੋਂ ਅਸੀਂ ਕਿਸੇ ਵੀ ਦੋ ਰਾਸ਼ੀਆਂ ਦੀ ਤੁਲਨਾ ਤਾਂ ਅਸੀਂ ਬੜੇ ਤਰੀਕੇ ਨਾਲ ਕਰ ਸਕਦੇ ਹਾਂ। ਜਿਵੇਂ ਮੰਨ ਲਓ ਇੱਕ ਕਲਾਸ ਦੇ ਵਿੱਚ ਦੋ ਲੜਕੀਆਂ, ਦੋ ਸਹੇਲੀਆਂ ਨੇ, ਮੰਨ ਲਓ ਇੱਕ ਦਾ ਨਾਮ ਮੰਨ ਲਓ ਸਿਮਰਨ ਹੈ ਅਤੇ ਦੂਸਰੀ ਫਰੈਂਡ ਦਾ ਜਿਹੜਾ ਨਾਮ ਹੈ ਮੰਨ ਲਓ ਰੀਨਾ ਹੈ। ਦੋ ਸਹੇਲੀਆਂ ਨੇ, ਮੰਨ ਲਓ ਸਿਮਰਨ ਕੋਲ ਇੱਕ ਦਿਨ ਉਹਦੀ ਜਮੈਟਰੀ ਦੇ ਵਿੱਚ ਉਹਦੇ ਕੋਲ 4 ਪੈੱਨ ਸੀ ਅਤੇ ਰੀਨਾ ਕੋਲ ਜਮੈਟਰੀ ਦੇ ਵਿੱਚ ਕਿੰਨੇ ਪੈੱਨ ਸੀ? 2 ਪੈੱਨ ਸੀ। ਅਤੇ ਆਪਾਂ ਇਹ ਜੇ ਦੇਖੀਏ ਕਿ ਦੋਨਾਂ ਦੀ ਤੁਲਨਾ ਕਰੀਏ ਪੈੱਨਾਂ ਦੀ ਸੰਖਿਆ ਦੀ, ਤਾਂ ਤੁਸੀਂ ਇੱਕ ਤਾਂ ਤੁਲਨਾ ਦਾ ਤਰੀਕਾ ਇਹ ਹੈ, ਤੁਸੀਂ ਕਹਿ ਸਕਦੇ ਹੋ ਕਿ ਸਿਮਰਨ ਕੋਲ ਰੀਨਾ ਨਾਲੋਂ 2 ਪੈੱਨ ਵੱਧ ਹਨ। ਦੂਸਰਾ ਤਰੀਕਾ ਕੀ ਹੈ ਕਿ ਆਪਾਂ ਇਹਨਾਂ ਦੀ ਤੁਲਨਾ ਇਸ ਤਰ੍ਹਾਂ ਕਰੀਏ ਕਿ ਕਿੰਨੇ ਗੁਣਾ ਪੈੱਨ ਵੱਧ ਹਨ। ਤਾਂ ਤੁਹਾਨੂੰ ਯਾਦ ਹੈ ਨਾ ਆਪਾਂ 6ਵੀਂ ਅਤੇ 7ਵੀਂ 'ਚ ਪੜ੍ਹਿਆ ਸੀ ਕਿ ਅਸੀਂ ਤੁਲਨਾ ਕਰਨ ਲੱਗੇ ਅਸੀਂ ਇਸ ਤਰ੍ਹਾਂ ਇਹਨੂੰ ਡਿਵਾਈਡ ਕਰਕੇ ਅਸੀਂ ਇਹਨੂੰ ਸਰਲ ਰੂਪ 'ਚ ਲਿਖ ਦਿੰਦੇ ਹਾਂ 2:1। ਇਹ ਅਸੀਂ ਇਸ ਤਰ੍ਹਾਂ ਅਨੁਪਾਤ ਜੇ ਤੁਹਾਨੂੰ ਯਾਦ ਹੋਵੇ ਆਪਾਂ ਲਗਾਉਂਦੇ ਸੀ, ਅਤੇ ਅਸੀਂ ਕੀ ਕਹਿੰਦੇ ਹਾਂ ਕਿ ਸਿਮਰਨ ਅਤੇ ਰੀਨਾ ਦੇ ਪੈੱਨਾਂ ਦਾ ਅਨੁਪਾਤ 2:1 ਹੈ, ਭਾਵ ਸਿਮਰਨ ਕੋਲ ਰੀਨਾ ਨਾਲੋਂ ਦੁੱਗਣੇ ਪੈੱਨ ਹਨ। ਅਤੇ ਇਸ ਤਰ੍ਹਾਂ ਜਦੋਂ ਅਸੀਂ ਤੁਲਨਾ ਕਰਦੇ ਹਾਂ ਕਿੰਨੇ ਗੁਣਾ ਹੈ, ਵੱਧ ਹੈ, ਕਿੰਨੇ ਗੁਣਾ ਘੱਟ ਹੈ, ਤਾਂ ਅਸੀਂ ਇਹਨੂੰ ਕੀ ਕਹਿੰਦੇ ਹਾਂ? ਅਨੁਪਾਤ। ਹੁਣ ਆ ਜਾਂਦੀ ਹੈ ਸਮਾਨ ਅਨੁਪਾਤ ਦੀ ਗੱਲ ਕਿ ਸਮਾਨ ਅਨੁਪਾਤ ਕੀ ਹੁੰਦਾ ਹੈ। ਹੁਣ ਮੰਨ ਲਓ ਆਪਾਂ ਸਿਮਰਨ ਅਤੇ ਰੀਨਾ ਕੋਲ ਇਹ ਪੈੱਨਾਂ ਦੀ ਸੰਖਿਆ ਸੀ। ਹੁਣ ਮੰਨ ਲਓ ਸਿਮਰਨ ਦੱਸਦੀ ਹੈ ਕਿ ਉਹਦੇ ਜਿਹੜੇ ਪੈੱਨ ਖਰੀਦੇ ਹਨ ਉਹਦੇ ਪੈੱਨਾਂ ਦੀ ਕੀਮਤ ਜਿਹੜੀ ਸੀ ਉਹ 40 ਰੁਪਏ ਸੀ। ਕਿਹਦੇ ਪੈੱਨਾਂ ਦੀ ਕੀਮਤ? ਸਿਮਰਨ ਦੇ ਪੈੱਨਾਂ ਦੀ ਕੀਮਤ। ਉਸੇ ਤਰ੍ਹਾਂ ਰੀਨਾ ਕਹਿੰਦੀ ਹੈ ਕਿ ਉਸਨੇ ਇਹ ਪੈੱਨ ਕਿੰਨੇ ਦੇ ਵਿੱਚ ਖਰੀਦੇ ਹਨ? 2 ਪੈੱਨ 20 ਰੁਪਏ ਦੇ ਵਿੱਚ। ਅਤੇ ਆਓ ਹੁਣ ਅਸੀਂ ਇਹਨਾਂ ਦੇ ਕੀਮਤਾਂ ਦਾ ਅਨੁਪਾਤ ਵੀ ਪਤਾ ਕਰ ਲੈਂਦੇ ਹਾਂ। ਪੈੱਨਾਂ ਦੀਆਂ ਕੀਮਤਾਂ ਦਾ ਅਨੁਪਾਤ ਤਾਂ 40/20, ਇਹਨਾਂ ਦਾ ਅਨੁਪਾਤ ਵੀ ਬੇਟਾ ਜੇ ਆਪਾਂ 10 ਦੇ ਪਹਾੜੇ 'ਤੇ ਇਹਨਾਂ ਨੂੰ ਕੱਟਦੇ ਹਾਂ ਪਹਿਲਾਂ 4/2, ਫਿਰ ਸਿੰਪਲੀਫਾਈ 2 ਦੇ ਟੇਬਲ 'ਤੇ ਤਾਂ ਕਿੰਨਾ ਆ ਜਾਂਦਾ ਹੈ? 2:1, ਯਾਨੀ ਕਿ 2:1। ਭਾਵ ਕੀ ਹੈ ਕਿ ਸਿਮਰਨ ਅਤੇ ਰੀਨਾ ਕੋਲ ਜੋ ਪੈੱਨਾਂ ਦੀ ਸੰਖਿਆ ਦਾ ਅਨੁਪਾਤ ਵੀ 2:1 ਸੀ ਅਤੇ ਪੈੱਨਾਂ ਦੀ ਕੀਮਤ ਦਾ ਅਨੁਪਾਤ ਵੀ ਕੀ ਸੀ? 2:1 ਸੀ। ਤਾਂ ਜਦੋਂ ਇਸ ਤਰ੍ਹਾਂ ਦੇ 2 ਅਨੁਪਾਤ ਬਰਾਬਰ ਹੁੰਦੇ ਹਨ ਤਾਂ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਸਮਾਨ ਅਨੁਪਾਤ ਹੈ। ਤਾਂ ਅਸੀਂ ਇੱਥੇ ਲਿਖਦੇ ਹਾਂ, ਇਸ ਤਰ੍ਹਾਂ ਇਹਨੂੰ ਲਿਖਦੇ ਹਾਂ ਬੇਟੇ, 4:2 ਬਰਾਬਰ ਹੈ 40:20। ਬਰਾਬਰ ਦਾ ਨਿਸ਼ਾਨ ਵੀ ਲਗਾ ਦਿੰਦੇ ਹਾਂ ਅਸੀਂ ਇਸ ਤਰ੍ਹਾਂ ਵੀ, ਜੇ ਤੁਸੀਂ ਦੇਖੋ ਇਸ ਤਰ੍ਹਾਂ ਦੇ 2 ਡੋਟ ਲਗਾ ਕੇ ਵੀ ਅਸੀਂ ਇਹਨਾਂ ਦਾ ਜਿਹੜਾ ਅਨੁਪਾਤ ਹੈ ਅਸੀਂ ਪਤਾ ਕਰਦੇ ਹਾਂ। ਤਾਂ ਅਸੀਂ ਇਸ ਨੂੰ ਕੀ ਕਹਿੰਦੇ ਹਾਂ? ਸਮਾਨ ਅਨੁਪਾਤ। ਅਤੇ ਅੱਜ ਹੁਣ ਅਸੀਂ ਅੱਗੇ ਇਸ ਤੋਂ ਹੁਣ ਅਸੀਂ ਅੱਗੇ ਸਿੱਖਾਂਗੇ ਕਿ ਜੇ ਸਮਾਨ ਅਨੁਪਾਤ ਵਿੱਚ ਜਦੋਂ ਰਾਸ਼ੀਆਂ ਹੁੰਦੀਆਂ ਹਨ
ਤਾਂ ਕਈ ਵਾਰ ਉਹ ਸਿੱਧੇ ਸਮਾਨ ਅਨੁਪਾਤ ਵਿੱਚ ਹੁੰਦੀਆਂ ਹਨ, ਕਈ ਵਾਰੀ ਉਲਟੇ ਸਮਾਨ ਅਨੁਪਾਤ ਵਿੱਚ ਵੀ ਹੁੰਦੀਆਂ ਹਨ। ਹੁਣ ਅਸੀਂ ਦੇਖਦੇ ਹਾਂ ਕਿ ਅਸੀਂ ਬੇਟਾ ਤੁਸੀਂ ਆਮ ਡੇਲੀ ਲਾਈਫ ਦੇ ਵਿੱਚ ਦੇਖੋ, ਤੁਹਾਡੇ ਘਰ ਤੁਹਾਡੇ 'ਚੋਂ ਕਈ ਬੱਚੇ ਤੁਸੀਂ ਚਾਹ ਬਣਾਉਣੀ ਜਾਣਦੇ ਹੋ ਨਾ, ਜੇ ਤੁਸੀਂ ਦੋ ਜਣਿਆਂ ਦੀ ਚਾਹ ਬਣਾਉਂਦੇ ਹੋ ਤਾਂ ਤੁਸੀਂ ਕੀ ਕਰਦੇ ਹੋ, ਮੰਨ ਲਓ ਇੱਕ ਕੱਪ ਪਾਣੀ ਦਾ ਪਾਇਆ ਜਾਂ ਇੱਕ ਕੱਪ ਦੁੱਧ ਦਾ ਪਾਇਆ, ਹੈ ਨਾ, ਅਤੇ ਉਸ ਹਿਸਾਬ ਨਾਲ ਚੀਨੀ ਪੱਤੀ ਪਾਈ। ਅਤੇ ਜੇਕਰ ਤੁਸੀਂ ਚਾਰ ਜਣਿਆਂ ਦੀ ਚਾਹ ਬਣਾਉਂਦੇ ਹੋ, ਤੁਸੀਂ ਕੀ ਕਰਦੇ ਹੋ, ਫਿਰ ਪਾਣੀ ਇੱਕ ਕੱਪ ਹੀ ਰੱਖਦੇ ਹੋ? ਨਹੀਂ, ਅਸੀਂ ਫਿਰ ਕੀ ਕਰਦੇ ਹਾਂ, ਪਾਣੀ ਦੋ ਕੱਪ ਪਾਉਂਦੇ ਹਾਂ ਜਾਂ ਦੋ ਕੱਪ ਦੁੱਧ ਪਾ ਲੈਂਦੇ, ਜਿਵੇਂ ਵੀ ਤੁਹਾਡੀ ਜੋ ਤੁਹਾਡਾ ਅਨੁਪਾਤ ਉਵੇਂ ਉਵੇਂ ਵੱਧਦਾ ਜਾਂਦਾ। ਜੇ ਤੁਸੀਂ 10 ਕੱਪ ਬਣਾਉਂਦੇ ਹੋ ਤਾਂ ਤੁਸੀਂ ਉਸ ਹਿਸਾਬ ਨਾਲ ਆਪਣੀ ਜਿਹੜੀ ਦੁੱਧ ਪਾਣੀ ਚੀਨੀ ਪੱਤੀ ਉਸੇ ਤਰ੍ਹਾਂ ਨਾਲ ਤੁਸੀਂ ਵਧਾਉਂਦੇ ਜਾਂਦੇ ਹੋ। ਉਸੇ ਤਰ੍ਹਾਂ ਬੇਟੇ ਆਪਾਂ ਤੁਸੀਂ ਬਾਜ਼ਾਰ ਜਾਂਦੇ ਹੋਗੇ, ਤੁਹਾਡੇ ਪੇਰੈਂਟਸ ਕਈ ਵਾਰ ਤੁਹਾਨੂੰ ਭੇਜਦੇ ਹੋਣ ਕੋਈ ਸਬਜ਼ੀ ਲੈਣ ਵਾਸਤੇ। ਮੰਨ ਲਓ ਤੁਹਾਨੂੰ ਅੱਜ ਤੁਹਾਡੇ ਪੇਰੈਂਟਸ ਨੇ ਜਾਂ ਤੁਹਾਡੇ ਮਦਰ ਨੇ ਕਿਹਾ ਵੀ ਆਲੂ ਲੈ ਕੇ ਆਉਣੇ ਹਨ, ਠੀਕ ਹੈ, ਅਤੇ ਤੁਸੀਂ ਉੱਥੇ ਦੇਖਦੇ ਹੋ ਆਲੂਆਂ ਦੀ ਦੁਕਾਨ 'ਤੇ ਵੀ ਇੱਕ ਵਿਅਕਤੀ ਨੇ 2 ਕਿਲੋ ਆਲੂ ਖਰੀਦੇ ਹਨ। ਦੇਖ ਰਹੇ ਹੋ ਤੁਸੀਂ, ਮੈਂ ਇੱਕ ਟੇਬਲ ਬਣਾਇਆ ਹੋਇਆ ਆਲੂਆਂ ਦੀ ਮਾਤਰਾ 2 ਕਿਲੋਗ੍ਰਾਮਾਂ ਵਿੱਚ, ਅਤੇ ਉਹਦੇ ਆਲੂਆਂ ਦੀ ਕੀਮਤ ਉਹਨੇ ਕਿੰਨੀ ਦਿੱਤੀ ਹੈ? 20 ਰੁਪਏ, ਠੀਕ ਹੈ। ਅਤੇ ਇੱਕ ਹੋਰ ਵਿਅਕਤੀ ਨੇ 3 ਕਿਲੋ ਆਲੂ ਲਿੱਤੇ ਤਾਂ ਉਸਨੇ 30 ਰੁਪਏ ਉਸਨੇ ਦੁਕਾਨਦਾਰ ਨੇ ਉਸ ਤੋਂ ਲਏ। ਤਾਂ ਤੁਹਾਨੂੰ ਸਮਝ ਆ ਗਿਆ ਨਾ, ਇਹਦਾ ਮਤਲਬ 2 ਕਿਲੋ ਆਲੂ 20 ਦੇ ਆ, 3 ਕਿਲੋ ਆਲੂ 30 ਰੁਪਏ ਦੇ ਆ, ਅਤੇ ਆਪਾਂ ਜੇ 4 ਕਿਲੋ ਲੈਣੇ ਹੁਣ ਤੱਕ ਤੁਸੀਂ ਆਪਣੇ ਆਪ ਅੰਦਾਜ਼ਾ ਲਗਾ ਲਓਗੇ ਨਾ ਕਿ ਤੁਸੀਂ ਦੁਕਾਨਦਾਰ ਨੂੰ ਪੁੱਛੋਗੇ ਵੀ 4 ਕਿਲੋ ਕਿੰਨੇ, ਆਪਾਂ ਨੂੰ ਆਪਣੇ ਆਪ ਸਮਝ ਆ ਜਾਂਦੀ ਹੈ। 4 ਕਿਲੋ ਆਲੂ ਕਿੰਨੇ ਦੇ ਹੋਣਗੇ? ਬਿਲਕੁਲ ਆਸਾਨ, 40 ਰੁਪਏ ਦੇ, 5 ਕਿਲੋ 50 ਰੁਪਏ ਦੇ, ਇਸ ਤਰ੍ਹਾਂ ਨਾਲ ਅਸੀਂ ਇਹ ਜਿਹੜਾ ਟੇਬਲ ਹੈ ਅਸੀਂ 1 ਮਿੰਟ ਦੇ ਵਿੱਚ ਪੂਰਾ ਕਰ ਲੈਂਦੇ ਹਾਂ। ਅਤੇ ਇਹ ਆਲੂਆਂ ਦੀ ਨਹੀਂ, ਕਿ ਤੁਸੀਂ ਕੱਪੜਾ ਵੀ ਲੈਣ ਜਾ ਰਹੇ ਹੋ ਤਾਂ ਆਪਾਂ 1 ਮੀਟਰ ਦਾ ਆਪਾਂ ਰੇਟ ਪੁੱਛ ਲੈਂਦੇ ਹਾਂ, ਅਤੇ ਅਸੀਂ ਆਪਣਾ ਜਿੰਨਾ ਲੈਣਾ ਅਸੀਂ ਉਨੇ ਆਪਣੇ ਉਹਦੇ ਪੈਸੇ ਦੇ ਦਿੰਦੇ ਹਾਂ। ਇਸੇ ਤਰ੍ਹਾਂ ਸਿੱਧੇ ਸਮਾਨ ਅਨੁਪਾਤ ਦੀ ਵਰਤੋਂ ਆਪਣੀ ਰੋਜ਼ਾਨਾ ਲਾਈਫ ਦੇ ਵਿੱਚ ਬੇਟਾ ਅਸੀਂ ਬਹੁਤ ਜ਼ਿਆਦਾ ਕਰਦੇ ਹਾਂ। ਅਤੇ ਤੁਸੀਂ ਹੁਣ ਦੇਖੋ ਧਿਆਨ ਦੇ ਨਾਲ, ਤੁਹਾਨੂੰ ਇੱਕ ਐਰੋ ਦਿਖ ਰਿਹਾ ਹੈ ਨਾ, ਤੁਸੀਂ ਦੇਖੋ ਕੀ ਹੋ ਰਿਹਾ ਹੈ, ਆਲੂਆਂ ਦੀ ਮਾਤਰਾ ਇਸ ਟੇਬਲ ਦੇ ਵਿੱਚ ਵੱਧਦੀ ਜਾ ਰਹੀ ਹੈ। ਤੁਸੀਂ ਦੇਖ ਰਹੇ ਹੋ ਨਾ, 2, 3, 4, 5, 6, 8 ਵੱਧਦੀ ਜਾ ਰਹੀ ਹੈ। ਉਸੇ ਤਰ੍ਹਾਂ ਨਾਲ ਜਿਵੇਂ ਜਿਵੇਂ ਆਲੂਆਂ ਦੀ ਮਾਤਰਾ ਵੱਧ ਰਹੀ ਹੈ, ਤੁਸੀਂ ਕੀਮਤ ਵੱਲ ਵੀ ਦੇਖੋ, 20 ਰੁਪਏ, 30, 40, 50, 60, 80, ਇਹ ਵੀ ਕੀ ਹੋ ਰਹੇ ਆ, ਦੋਵੇਂ ਵੱਧ ਰਹੇ ਹਨ। ਤਾਂ ਅਸੀਂ ਦੇਖਦੇ ਹਾਂ ਕਿ ਜਿਵੇਂ ਜਿਵੇਂ ਤੁਹਾਡੇ ਕੋਲ ਆਲੂਆਂ ਦੀ ਮਾਤਰਾ ਪੌੜੀਆਂ ਚੜ ਰਹੀ ਹੈ, ਯਾਨੀ ਕਿ ਵੱਧ ਰਹੀ ਹੈ, ਉਵੇਂ ਉਵੇਂ ਇੱਧਰ ਆਲੂਆਂ ਦੀ ਕੀਮਤ ਵੀ ਵੱਧ ਰਹੀ ਹੈ। ਉਸੇ ਤਰ੍ਹਾਂ ਜੇਕਰ ਆਲੂਆਂ ਦੀ ਮਾਤਰਾ ਘਟੇਗੀ ਤਾਂ ਆਲੂਆਂ ਦੀ ਕੀਮਤ ਵੀ ਉਸੇ ਤਰ੍ਹਾਂ ਘਟਦੀ। ਇਹ ਮੈਂ ਪੌੜੀਆਂ ਤੁਹਾਨੂੰ ਤੁਹਾਡੇ ਦਿਮਾਗ 'ਚ ਇੱਕ ਕੰਸੈਪਟ ਬੈਠ ਜਾਏਗਾ ਕਿ ਜਦੋਂ ਇੱਕ ਰਾਸ਼ੀ, ਜਿਵੇਂ ਕਿ ਆਲੂਆਂ ਦੀ ਮਾਤਰਾ ਇੱਕ ਰਾਸ਼ੀ ਹੈ, ਆਲੂਆਂ ਦੀ ਕੀਮਤ ਦੂਜੀ ਰਾਸ਼ੀ ਹੈ। ਰਾਸ਼ੀ ਦਾ ਮਤਲਬ ਸਮਝਦੇ ਨਾ, ਕਿ ਇੱਕ ਰਾਸ਼ੀ ਕੀ ਹੈ, ਮਾਤਰਾ ਯਾਨੀ ਕਿਲੋਗ੍ਰਾਮਾਂ 'ਚ ਆਲੂਆਂ ਦਾ ਵੇਟ, ਦੂਜੀ ਹੈ ਉਹਨਾਂ ਦੀ ਕੀਮਤ। ਤਾਂ ਇੱਕ ਚੀਜ਼ ਦੇ ਵਧਣ ਨਾਲ, ਇੱਕ ਰਾਸ਼ੀ ਦੇ ਵਧਣ ਨਾਲ ਦੂਸਰੀ ਰਾਸ਼ੀ ਜਦੋਂ ਵਧੇ, ਪੌੜੀਆਂ ਦਾ ਮਤਲਬ ਇੱਕ ਤੁਹਾਡੇ ਦਿਮਾਗ 'ਚ ਬੈਠ ਜਾਏਗਾ, ਪੌੜੀਆਂ ਦੋਵੇਂ ਇਕੱਠੀਆਂ ਚੜ੍ਹਦੀਆਂ ਹਨ, ਦੋਵੇਂ ਪੌੜੀਆਂ ਇਕੱਠੇ ਉੱਤੇ, ਯਾਨੀ ਕਿ ਦੋਨਾਂ ਦੀ ਕੀਮਤ ਇੱਕ ਦੇ ਵਧਣ ਨਾਲ ਦੂਜੀ ਵਧੇਗੀ ਅਤੇ ਇੱਕ ਦੇ ਘਟਣ ਨਾਲ ਦੂਜੀ ਘਟੇਗੀ। ਤਾਂ ਆਪਾਂ ਦੇਖੀਏ ਬੇਟਾ, ਹੁਣ ਇੱਕ ਟੇਬਲ ਤੁਹਾਡੇ ਕੋਲ, ਫਿਰ ਮੈਂ ਉਹੀ ਕੁਐਸਚਨ ਲਿੱਤਾ ਕਿ ਆਲੂਆਂ ਦੀ ਮਾਤਰਾ ਕਿਲੋਗ੍ਰਾਮਾਂ ਵਿੱਚ, ਆਲੂਆਂ ਦੀ ਕੀਮਤ ਰੁਪਏ ਵਿੱਚ। ਹੁਣ ਤੁਸੀਂ ਦੇਖੋ ਆਪਣੇ ਕੋਲ 2 ਕਾਲਮ, 2 ਕਿਲੋ ਆਲੂ 20 ਰੁਪਏ ਦੇ ਹਨ, 3 ਕਿਲੋ 30 ਰੁਪਏ ਦੇ ਹਨ। ਹੁਣ ਜੇ 40 ਰੁਪਏ ਦੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿੰਨੇ ਆਲੂ ਹੋਣਗੇ? ਹਾਂਜੀ, ਬਿਲਕੁਲ ਠੀਕ ਦੱਸਿਆ, 4 ਕਿਲੋ। ਉਸੇ ਤਰ੍ਹਾਂ ਜੇਕਰ ਮੈਂ 7 ਕਿਲੋ ਆਲੂ ਲਏ ਹੋਣ ਤਾਂ ਮੈਨੂੰ ਕਿੰਨੇ ਪੈਸੇ ਦੇਣੇ ਪੈਣਗੇ? 70 ਰੁਪਏ। ਜੇਕਰ ਮੈਂ 80 ਰੁਪਏ ਦੇ ਆਲੂ ਖਰੀਦਣੇ ਹੋਣਗੇ ਤਾਂ ਮੈਂ ਕਿੰਨੇ ਆਲੂ ਖਰੀਦਾਂਗੀ? 8 ਕਿਲੋ। ਮੇਰਾ ਮਤਲਬ ਇਹ ਦੱਸਣ ਦਾ ਸੀ ਕਿ ਇਸ ਤਰ੍ਹਾਂ ਨਾਲ ਆਪਾਂ ਦੋਨੋਂ ਰਾਸ਼ੀਆਂ ਦੇ ਵਿੱਚੋਂ, ਜੇਕਰ ਆਪਾਂ ਨੂੰ ਪਤਾ ਹੋਵੇ ਕਿ ਰਾਸ਼ੀਆਂ ਇੱਕੋ ਜਿਹੇ ਅਨੁਪਾਤ ਵਿੱਚ ਵੱਧ ਰਹੀਆਂ ਹਨ, ਤਾਂ ਦੋਨਾਂ ਵਿੱਚੋਂ ਕਿਸੇ ਵੀ ਰਾਸ਼ੀ ਦਾ ਅਸੀਂ ਪਤਾ ਲਗਾ ਸਕਦੇ ਹਾਂ, ਜੇਕਰ ਸਾਨੂੰ ਅਨੁਪਾਤ ਪਤਾ ਹੋਵੇ। ਦੇਖੋ ਹੁਣ ਧਿਆਨ ਨਾਲ ਬੱਚਿਓ, ਇੱਧਰ ਤੁਸੀਂ 2/20 ਦਾ ਅਨੁਪਾਤ ਦੇਖੋ, ਅਸੀਂ 2/20 ਦਾ ਅਨੁਪਾਤ ਕੱਢਿਆ, ਕਿੰਨਾ ਆਇਆ ਤੁਹਾਡੇ ਕੋਲ? 1/10। ਉਵੇਂ 3/10 ਦਾ ਬੇਟਾ ਅਨੁਪਾਤ ਕੱਢਿਆ ਤਾਂ ਕਿੰਨਾ ਆਇਆ? 1/10। ਉਸੇ ਤਰ੍ਹਾਂ 4/10 ਦਾ ਵੀ ਆਪਣੇ ਕੋਲ, ਤੁਸੀਂ ਸਾਰਿਆਂ ਦਾ ਅਨੁਪਾਤ ਕੱਢ ਕੇ ਦੇਖੋ ਕਿੰਨਾ ਆਏਗਾ? 1/10। ਤਾਂ ਬੇਟੇ ਇਹ ਆਪਣੇ ਕੋਲ ਅਸੀਂ ਇੱਕ ਚੀਜ਼ ਜਿਹੜੀ ਸਿੱਖੀ ਹੈ ਕਿ ਸਿੱਧਾ ਸਮਾਨ ਅਨੁਪਾਤ, ਇਹ ਰਾਸ਼ੀਆਂ ਸਿੱਧੇ ਸਮਾਨ ਅਨੁਪਾਤ ਵਿੱਚ ਘਵਾਉਂਦੀਆਂ ਹਨ। ਹੁਣ ਇਹ ਯਾਦ ਰੱਖੋ, ਜੇਕਰ ਇੱਕ ਰਾਸ਼ੀ ਦੇ ਵਧਣ ਨਾਲ ਦੂਜੀ ਰਾਸ਼ੀ ਵੱਧਦੀ ਹੈ, ਔਰ ਇਹਨਾਂ ਦਾ ਜਿਹੜਾ ਅਨੁਪਾਤ ਹੈ ਦੋਨਾਂ ਦਾ, ਉਹ ਕੀ ਰਹਿੰਦਾ ਹੈ? ਬਰਾਬਰ। ਦੇਖੋ ਸਾਰਿਆਂ ਦਾ 1/10, 1/10, ਜੇ ਤੁਸੀਂ ਆਪਾਂ ਪੂਰੇ ਦਾ ਕੱਢਾਂਗੇ 1/10 ਆਏਗਾ। ਤਾਂ ਅਸੀਂ ਇਸਨੂੰ ਕੀ ਕਹਿੰਦੇ ਹਾਂ ਕਿ ਰਾਸ਼ੀਆਂ ਸਿੱਧੇ ਸਮਾਨ ਅਨੁਪਾਤ ਵਿੱਚ ਹਨ, ਜਾਂ ਇਹਨੂੰ ਆਪਾਂ ਲਿਖਾਂਗੇ ਇਨ ਡਾਇਰੈਕਟ ਪ੍ਰਪੋਰਸ਼ਨ। ਆਓ ਬੇਟਾ, ਹੁਣ ਅਸੀਂ ਉਹ ਦੋ ਫਰੈਂਡਸ ਦੀ ਗੱਲ ਕੀਤੀ ਸੀ, ਰੀਨਾ ਅਤੇ ਉਸਦੀ ਫਰੈਂਡ ਸੀ
सिमरन। हुण देखो बच्चों थोड़े जे आम जिवें तुसी लाइफ च देखदे हो उह जे क्वेश्चन ने। सिमरन ने 2 किलो आलू 20 रुपए दे खरीदे, रीना नू 3 किलो आलू खरीदने लई किन्ने रुपए खर्च करने पैणगे, तुसी दस सकदे हो? हाँ जी बिल्कुल, तुसी आंसर कढ भी लिया होवेगा। बेटा मैं क्वेश्चन हालांकि बड़ा सौखा है, मैं सिर्फ तुहानू सिखाना चाह रही हाँ कि जो इह जे क्वेश्चन आंदे है तां असी बेटा उहनू हल किवें करना है। मूं जवानी तां मैनू पता है तुसी सारे कढी बैठे हो, लेकिन जदों असी कॉपी ते लिखना है, क्योंकि क्वेश्चन जदों मैथ दे विच बेटा कई बार नंबर घट आने का कारण भी यही होंदा कि आपां नू क्वेश्चन हल करना आंदा है, सानू उहदा आंसर भी पता है, लेकिन उन्हों असी सिस्टमैटिकली पेपर दे विच स्टेप वाइज किवें लिखना उहदे विच कई बार बच्चों तुसी मिसटेक करदे हो। तो असी देखो बेटा एक प्रैक्टिस लई असी एक टेबल बना लिया, एक पासे लिखिया असी आलूआं दी मात्रा किलोग्रामा विच एक राशि, दूजी राशि बेटा की है आलूआं दी कीमत रुपया विच। असी एक टेबल बनाया उहदे विच जो जो गिवन है लिखते रहे, सिमरन ने 2 किलो आलू ले ते किन्ने रुपए विच 20 रुपए च, ते 3 किलो आलू है जिहड़े उह किन्ने रुपए दे आउणगे, बिल्कुल ठीक तुसी कैलकुलेट कर चुके हो किन्ने दे 30 रुपए दे। उसे तरह बेटा एक होर दसो, सिमरन ने 3 किलो खरबूजे 60 रुपए दे खरीदे, रीना नू 2 किलो खरबूजे खरीदने लई किन्ने रुपए खर्च करने पैणगे, दस सकदे हो? हाँ जी बिल्कुल, टेबल फेर असी हुण साडे कोल 2 राशियां की हन, खरबूजियां दी मात्रा ते खरबूजियां दी कीमत, 3 किलो आलू 60 रुपए दे, ते 2 किलो किन्ने हो? मैं हजे तुहानू कोई कैलकुलेशन नहीं सिखा रही है, रोजाना लाइफ दे क्वेश्चन है, तुसी इहदा मैनू आंसर दसो किन्ना होवेगा। बिल्कुल ठीक है 40 रुपए। हुण असी एक होर क्वेश्चन, सिमरन ने 1 किलो प्याज 35 रुपए दे खरीदे, रीना ने 2 किलो प्याज खरीदने लई उसनू किन्ने पैसे खर्च करने पैणगे? हाँ जी बच्चो बिल्कुल ठीक तुसी दस्या, 70 रुपए। ये क्वेश्चन कुछ आम तुहाडियां जिहड़ियां रोजाना लाइफ च ये प्रॉब्लम्स आंदियां ते असी उहनां नू बिल्कुल एक मिनट दे विच, एक मिनट की फ्रैक्शन ऑफ सैकेंड दे विच असी वैल्यूज कढ लैंदे आ बेटे। यही तो एक मैथमैटिक्स है जिहड़ा असी अपने क्लासरूम च भी उही सीख रहे हैं, बस फर्क इन्ना है कि उत्थे आपां थोड़ा लिख के दिखाना हुंदा कि असी ये आंसर किवें कढ़िया, असी उसनू किवें हल किया। ਤਾਂ ਬੇਟੇ ਹੁਣ ਅਸੀਂ ਇਹਦੀ ਥੋਰੈਟੀਕਲ ਡੈਫੀਨੇਸ਼ਨ ਕੀ ਹੈ ਸਿੱਧੇ ਸਮਾਨ ਅਨੁਪਾਤ ਦੀ, ਜਿਹਨੂੰ ਅਸੀਂ ਡਾਇਰੈਕਟ ਪ੍ਰਪੋਰਸ਼ਨ ਕਹਿੰਦੇ, ਆਪਾਂ ਨੂੰ ਪਤਾ ਹੋਣਾ ਚਾਹੀਦਾ ਮੈਥਮੈਟੀਕਲ ਲੈਂਗੁਏਜ, 2 ਰਾਸ਼ੀਆਂ ਸਿੱਧੇ ਸਮਾਨ ਅਨੁਪਾਤ ਵਿੱਚ ਹੁੰਦੀਆਂ ਹਨ ਜੇਕਰ ਇੱਕ ਦੇ ਵਧਣ ਜਾਂ ਘਟਣ ਨਾਲ ਦੂਸਰੀ ਰਾਸ਼ੀ ਵੀ ਇਸ ਤਰ੍ਹਾਂ ਵਧੇ ਜਾਂ ਘਟੇ ਤਾਂ ਕਿ ਦੋਵੇਂ ਰਾਸ਼ੀਆਂ ਦਾ ਅਨੁਪਾਤ ਸਥਿਰ ਰਹੇ। ਇਹ ਬੜੀ ਇੰਪੋਰਟੈਂਟ ਚੀਜ਼ ਹੈ, ਆਪਾਂ ਕਈ ਵਾਰ ਅਸੀਂ ਬੱਚਿਆਂ ਨੂੰ ਪੁੱਛਦੇ ਹਾਂ ਬੇਟੇ ਇੱਥੋਂ ਤੱਕ ਹੀ ਕਹਿ ਕੇ ਇੱਕ ਦੇ ਵਧਣ ਨਾਲ ਦੂਜੀ ਵਧੇ ਜਾਂ ਇੱਕ ਦੇ ਘਟਣ, ਪਰ ਇਹ ਡੈਫੀਨੇਸ਼ਨ ਪੂਰੀ ਨਹੀਂ ਹੈ। ਅਸੀਂ ਅੱਗੇ ਬੋਲਣਾ ਕਿ ਦੋਵੇਂ ਰਾਸ਼ੀਆਂ ਦਾ ਅਨੁਪਾਤ ਸਥਿਰ ਰਹੇ, ਯਾਨੀ ਕਿ ਐਕਸ ਵਟਾ ਵਾਈ, ਐਕਸ ਵਟਾ ਵਾਈ ਬੇਟਾ ਅਸੀਂ ਇੱਥੇ ਰਾਸ਼ੀਆਂ, ਜਿਵੇਂ ਆਪਣੇ ਕੋਲ ਆਲੂਆਂ ਦੀ ਮਾਤਰਾ ਅਤੇ ਇਹ ਕੀ ਸੀ ਆਲੂਆਂ ਦੀ ਕੀਮਤ, ਆਪਾਂ ਦੇਖਿਆ ਸੀ ਨਾ, ਆਪਾਂ ਜਦੋਂ ਉਹਨੂੰ ਡਿਵਾਈਡ ਕਰਕੇ ਦੇਖ ਰਹੇ ਸੀ, ਇੱਕ ਵਟਾ ਦਸ ਇੱਕ ਵਟਾ ਦਸ ਇੱਕ ਵਟਾ ਦਸ ਆ ਰਿਹਾ ਸੀ, ਤਾਂ ਉਹ ਕੇ ਦਾ ਮਤਲਬ ਸਥਿਰ ਹੈ। ਸਥਿਰ ਦਾ ਮਤਲਬ ਜਿਵੇਂ ਆਪਣੇ ਕੋਲ ਆਪਣੀ ਉਦਾਹਰਣ 'ਚ ਕੀ ਆ ਰਿਹਾ ਸੀ, ਇੱਕ ਵਟਾ ਦਾ ਸੀ, ਜਾਂ ਕਿਸੇ ਹੋਰ 'ਚ ਕੁਛ ਹੋਰ ਆ ਸਕਦਾ, ਪਰ ਉਹ ਆਂਸਰ ਹਮੇਸ਼ਾ ਸੇਮ ਆਵੇ। ਅੱਛਾ ਹੁਣ ਤੁਸੀਂ ਮੈਨੂੰ ਦੱਸੋ ਸਿੱਧੇ ਸਮਾਨ ਅਨੁਪਾਤ ਦੇ ਉਦਾਹਰਣ ਆਪਾਂ ਦੇਖ ਸਕਦੇ ਹਾਂ ਕੁਛ, ਤੁਸੀਂ ਕਿਚਨ ਦੇ ਵਿੱਚ ਹਰ ਰੋਜ਼ ਸਿੱਧਾ ਸਮਾਨ ਅਨੁਪਾਤ ਯੂਜ਼ ਕਰਦੇ ਹੋ, ਜਿਵੇਂ ਮੈਂ ਤੁਹਾਨੂੰ ਚਾਹ ਦੀ ਐਗਜ਼ਾਮਪਲ ਦੱਸੀ, ਉਸੇ ਤਰ੍ਹਾਂ ਮੰਨ ਲਓ ਤੁਸੀਂ ਹਲਵਾ ਬਣਾਉਣਾ ਹੈ, ਠੀਕ ਹੈ, ਸਬਜ਼ੀ ਬਣਾਉਣੀ ਹੈ, ਤੁਸੀਂ ਆਟਾ ਗੁੰਨਦੇ ਹੋ, ਆਪਾਂ ਵੀ ਆਪਾਂ ਜਿੰਨੇ ਮੈਂਬਰਸ ਹੈ ਉਹਦੇ ਹਿਸਾਬ ਨਾਲ ਅਸੀਂ ਆਪਣੀ ਚੀਜ਼ ਘਟਾਉਂਦੇ ਜਾਂ ਵਧਾਉਂਦੇ ਰਹਿੰਦੇ ਹਾਂ। ਉਸੇ ਤਰ੍ਹਾਂ ਬੇਟੇ ਤੁਸੀਂ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੇ ਹੋ, ਕਿੰਨੇ ਫਰੈਂਡਸ ਆ ਰਹੇ, ਪਹਿਲਾਂ ਆਪਾਂ ਲਿਖਦੇ ਹਾਂ ਨਾ, ਉਸ ਹਿਸਾਬ ਨਾਲ ਆਪਾਂ ਚੀਜ਼ਾਂ ਮੰਗਾਉਣੀਆਂ ਹੁੰਦੀਆਂ ਕਿ ਮੈਂ ਕਿੱਡਾ ਵੱਡਾ ਕੇਕ ਮੰਗਾਉਣਾ ਹੈ, ਮੇਰੇ ਕਿੰਨੇ ਫਰੈਂਡਸ ਆ ਰਹੇ ਨੇ, ਜਾਂ ਤੁਹਾਡੇ ਕਿੰਨੇ ਮੰਮੀ ਪਾਪਾ ਨੇ ਗੈਸਟ ਬੁਲਾਏ ਹੋਏ, ਉਹਦੇ ਹਿਸਾਬ ਨਾਲ ਆਪਾਂ ਸਾਰਾ ਕੁਛ ਪਲਾਨ ਕਰਦੇ ਹਾਂ। ਉਸੇ ਤਰ੍ਹਾਂ ਬੇਟੇ ਤੁਸੀਂ ਕੱਪੜਾ ਖਰੀਦਣ ਜਾਂਦੇ ਹੋ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਉਦੋਂ ਵੀ ਤੁਸੀਂ ਕੀ ਕਰਦੇ ਹੋ, ਸਿੱਧੇ ਸਮਾਨ ਅਨੁਪਾਤ ਦੀ ਵਰਤੋਂ ਕਰਦੇ ਆਪਾਂ, ਕਿੰਨੇ ਤੁਸੀਂ ਮੀਟਰ ਕੱਪੜਾ ਖਰੀਦਣਾ ਹੈ, ਠੀਕ ਹੈ ਨਾ, ਉਹ ਆਪਾਂ 1 ਮੀਟਰ ਦੀ ਵੈਲਿਊ ਆਪਾਂ ਪੁੱਛ ਕੇ ਆਪਾਂ ਉਸ ਹਿਸਾਬ ਨਾਲ ਆਪਣਾ ਅੰਦਾਜ਼ਾ ਲਗਾਉਂਦੇ ਹਾਂ ਅਤੇ ਪੈਸੇ ਪੇ ਕਰਦੇ ਹਾਂ ਆਪਾਂ ਨੂੰ। ਹੁਣ ਬੇਟਾ ਇੱਕ ਕੁਐਸਚਨ ਮੈਂ ਤੁਹਾਨੂੰ ਪੁੱਛ ਰਹੀ ਹਾਂ ਕਿ ਤੁਹਾਡੇ ਕੋਲ ਇੱਕ ਟੇਬਲ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਬਣਿਆ ਹੋਇਆ ਹੈ, 2 ਰਾਸ਼ੀਆਂ ਐਕਸ ਅਤੇ ਵਾਈ ਹਨ, ਆਪਾਂ ਚਲੋ ਇੱਥੇ ਆਪਾਂ ਐਕਸ ਵਾਈ ਲਿਖ ਲਿਆ, ਕੁਛ ਵੀ ਹੋ ਸਕਦੀਆਂ ਨੇ ਰਾਸ਼ੀਆਂ, ਇੱਧਰ ਬੇਟਾ ਉਹਨਾਂ ਦੀ ਵੈਲਿਊਜ਼ ਲਿਖੀਆਂ ਹੋਈਆਂ ਨੇ ਟੇਬਲ ਦੇ ਵਿੱਚ, ਤਾਂ ਦੱਸੋ ਵੀ ਇਹ ਰਾਸ਼ੀਆਂ ਸਿੱਧੇ ਸਮਾਨ ਅਨੁਪਾਤ ਵਿੱਚ ਹਨ। ਹੁਣ ਆਪਾਂ ਸਿੱਧੇ ਸਮਾਨ ਅਨੁਪਾਤ ਦੀ ਬੇਟਾ ਡੈਫੀਨੇਸ਼ਨ ਪੜ੍ਹੀ ਸੀ, ਕੀ ਸੀ ਕਿ ਜੇਕਰ ਇੱਕ ਰਾਸ਼ੀ ਦੇ ਵਧਣ ਨਾਲ ਜਾਂ ਘਟਣ ਨਾਲ ਦੂਜੀ ਰਾਸ਼ੀ ਵੀ ਘਟੇ ਜਾਂ ਵਧੇ, ਇਸ ਤਰ੍ਹਾਂ
इस तरह घटे या वधे ताकि दोनों का अनुपात स्थिर होवे। हुण पहली रेफ जिहड़ी अपनी पहली शर्त की सी वी एक राशि दे एक्स का मुल देखो बेटा 0.5235 वध रहा है, वाई की कीमत भी बेटा 2,8,9,50 ए भी की हो रही है वध रही है। एदा मतलब अपनी पहली कंडीशन तो सैटिस्फाई हो गई कि एक राशि के वधन नाल दूजी भी वध रही है, पर हुण आपां दूसरी कंडीशन चैक करनी है कि इन्हां दा जो अनुपात है आपस च की बराबर है। आपां पहले ए भी जरूर चैक करना है। देखो बेटे पहला असीं 0.5/2 दा अनुपात पता करांगे। हुण बेटे अद्धे बच्चे तां तुसीं जदों दशमलव वाली रकम आ जांदी है, कोई साडे कोल एक संख्या आ जांदी है तां असीं पहलां उत्थे घबरा जांदे आ। हालांकि मैथ दे विच बेटे बहुत तुसी आराम नाल स्टेप बाय स्टेप काम करदे रहो, तुहाडी कोई मिसटेक नहीं होनी। देखो आपां इन्हां दोनों नूं वटा लगा लिया, हुण तुहानूं पता है दशमलव पंज नूं भी वटे च तोड़ लो की होगा। जद असीं दशमलव हटावांगे ना बेटे तां की बन जाएगा 5/10। उसे तरह हर दे विच की है 2 नूं भी तुसीं वटे दी रकम विच 2/1 करके लिख लवो तां हुण बराबर है। आपां नूं पता है जेकर 2 अपने कोल ਭਿੰਨਾ ਹੋਣ ਤਾਂ ਅਸੀਂ ਉਹਨਾਂ ਦੀ ਭਾਗ ਕਰਨੀ, ਅਸੀਂ ਕੀ ਕਰਦੇ ਹਾਂ ਪਹਿਲੀ ਉਵੇਂ ਲਿਖ ਕੇ ਭਿੰਨ ਕਹਿ ਲਓ ਜਾਂ ਪਰਿਮੇਯ ਸੰਖਿਆ ਉਵੇਂ ਲਿਖ ਕੇ ਗੁਣਾ 2/1 ਨੂੰ ਅਸੀਂ 1/2 ਕਰ ਦਿੰਦੇ ਹਾਂ। ਨੀਚੇ ਵਾਲੀ ਜਿਹੜੀ ਰਕਮ ਹੈ ਅਸੀਂ ਉਸਨੂੰ ਉਲਟਾ ਦਿੰਦੇ ਹਾਂ ਤਾਂ ਆਪਣੇ ਕੋਲ ਬੇਟਾ ਇਹਨੂੰ ਸੋਲਵ ਕਰਕੇ ਕੀ ਆ ਗਿਆ 1/4। ਹੁਣ ਅਸੀਂ ਅਗਲੇ 2 ਦਾ ਕੀ ਕਿਸਦਾ ਅਨੁਪਾਤ ਲੈਣਾ ਹੈ ਬੇਟੇ 2/8, 2 ਅਤੇ 8 ਦਾ ਇਹਨੂੰ ਵੀ ਬੇਟਾ ਸੋਲਵ ਕੀਤਾ 1/4 ਆ ਗਿਆ। ਹੁਣ ਅੱਗੇ ਚੱਲੋ 3/9, ਇੱਥੇ ਅਸੀਂ ਜਦੋਂ ਕੀਤਾ ਕਿੰਨਾ ਆ ਗਿਆ ਬੇਟੇ ਸੋਲਵ ਕਰਕੇ 1/3। ਹੁਣ ਦੇਖੋ ਆਪਣਾ ਅਨੁਪਾਤ 1/4, ਅਗਲਾ ਅਨੁਪਾਤ 1/4, ਪਰ ਉਸ ਤੋਂ ਅਗਲਾ 1/3। ਇਹਦਾ ਮਤਲਬ ਸਾਡੇ ਕੋਲ ਕੀ ਹੋ ਰਿਹਾ ਹੈ, ਜਿਹੜਾ ਰਾਸ਼ੀਆਂ ਦਾ ਅਨੁਪਾਤ ਸਥਿਰ ਨਹੀਂ ਹੈ, ਇਸ ਕਰਕੇ ਇਹ ਰਾਸ਼ੀਆਂ ਸਿੱਧੇ ਸਮਾਨ ਅਨੁਪਾਤ ਵਿੱਚ ਨਹੀਂ ਹਨ। ਠੀਕ ਹੈ ਬੱਚੋ, ਤਾਂ ਇਸ ਕਰਕੇ ਤੁਸੀਂ ਇਹ ਚੀਜ਼ ਜ਼ਰੂਰ ਚੈੱਕ ਕਰਨੀ ਹੈ ਜਦੋਂ ਵੀ ਤੁਹਾਨੂੰ ਕੋਈ ਇਹੋ ਜਿਹਾ ਕੁਐਸਚਨ ਆ ਜਾਂਦਾ ਹੈ ਕਿ ਇਹ ਰਾਸ਼ੀਆਂ ਸਿੱਧੇ ਸਮਾਨ ਅਨੁਪਾਤ ਵਿੱਚ ਹਨ ਜਾਂ ਨਹੀਂ, ਉਹਨਾਂ ਦਾ ਅਨੁਪਾਤ ਵੀ ਅਸੀਂ ਪਤਾ ਕਰਕੇ ਦੇਖਣਾ ਹੈ। ਹੁਣ ਬੇਟਾ ਅਸੀਂ ਇੱਕ ਕੁਐਸਚਨ ਕਰਦੇ ਹਾਂ। ਤੁਹਾਨੂੰ ਇਹ ਮੈਂ ਜ਼ਰੂਰ ਦੱਸਾਂਗੀ ਬੇਟਾ ਕਿ ਇਹ ਜਿਹੜਾ ਚੈਪਟਰ ਹੈ ਤੁਹਾਡੇ ਸਿਲੇਬਸ ਦਾ ਵੀ, ਤਾਂ ਚਲੋ ਚੈਪਟਰ ਦਾ ਵਿੱਚ ਇੱਕ ਨੰਬਰ ਜੋ ਮਾਰਕਸ ਦਾ ਆਉਣਾ ਹੀ ਹੈ। ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਬੇਟੇ ਆਪਣਾ NMMS ਦਾ ਪੇਪਰ ਦਿਓਗੇ ਨਾ, ਹੁਣ ਤੁਸੀਂ 8ਵੀਂ ਕਲਾਸ 'ਚ ਆ ਗਏ, ਕੰਪੀਟੀਟਿਵ ਇਗਜ਼ਾਮ ਹੁੰਦਾ ਹੈ, ਜਿਵੇਂ ਤੁਸੀਂ ਪਿਛਲੀ ਵਾਰੀ ਓਲੰਪੀਆਡ ਵੀ ਦਿੱਤਾ ਸੀ ਉਹ ਵੀ ਤੁਹਾਡਾ ਇਸ ਵਾਰ ਹੋਏਗਾ, ਨੈਸ ਦਾ ਪੇਪਰ ਹੁੰਦੇ ਹਨ, ਬੜੇ ਕੰਪੀਟੀਸ਼ਨ ਹੁੰਦੇ ਹਨ ਜਦੋਂ ਤੁਸੀਂ 8ਵੀਂ ਕਲਾਸ ਵੱਡੀ ਕਲਾਸ 'ਚ ਹੋ ਜਾਂਦੇ ਹੋ, ਤਾਂ ਉਹਦੇ ਵਿੱਚ ਬੇਟੇ ਇਸ ਚੈਪਟਰ ਦੇ ਵਿੱਚੋਂ ਜ਼ਰੂਰ ਜਿਹੜਾ ਹੈ ਕੁਐਸਚਨ ਪੁੱਛਿਆ ਜਾਂਦਾ ਹੈ। ਤਾਂ ਆਓ ਆਪਾਂ ਇੱਕ ਕੁਐਸਚਨ ਕਰਦੇ ਹਾਂ। ਇੱਕ ਜੂਸ ਬਣਾਉਣ ਵਾਲੀ ਕੰਪਨੀ ਵਿੱਚ 6 ਘੰਟੇ ਵਿੱਚ 840 ਪੈਕਟ ਜੂਸ ਦੇ ਬਣਦੇ ਹਨ, ਤਾਂ ਇਸ ਕੰਪਨੀ ਵਿੱਚ 4 ਘੰਟੇ ਵਿੱਚ ਕਿੰਨੇ ਪੈਕਟ ਜੂਸ ਬਣਦਾ ਹੈ? ਸਭ ਤੋਂ ਪਹਿਲਾਂ ਤਾਂ ਬੇਟੇ ਰਕਮ ਨੂੰ, ਸਟੇਟਮੈਂਟ ਨੂੰ ਅੱਛੀ ਤਰ੍ਹਾਂ ਪੜ੍ਹਨ ਦੀ ਹੈਬਿਟ ਬਣਾਓ ਜੇਕਰ ਤੁਸੀਂ ਅੱਛੇ ਅੰਕ ਲੈਣੇ ਹਨ। ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਇੱਕ ਵਾਰ ਰਕਮ ਪੜ੍ਹ ਲਈ, ਉਸ ਤੋਂ ਬਾਅਦ ਤੁਸੀਂ ਇਹ ਕਰੋ ਕਿ ਉਸ ਰਕਮ ਦੇ ਵਿੱਚ ਜੋ ਕੁਛ ਇੰਪੋਰਟੈਂਟ ਹੈ ਉਹਨਾਂ ਨੂੰ ਤੁਸੀਂ ਅੰਡਰਲਾਈਨ ਕਰ ਲਵੋ ਜਾਂ ਸਰਕਲ ਕਰੋ। ਹੁਣ ਦੇਖੋ ਤੁਸੀਂ ਇੱਥੇ ਦੇਖਦੇ ਹੋ 1 ਘੰਟੇ ਨੂੰ ਮੈਂ ਅੰਡਰਲਾਈਨ ਕਰਤਾ ਕਿਉਂਕਿ ਮੈਂ ਸਭ ਤੋਂ ਪਹਿਲਾਂ ਇਸ ਪ੍ਰਸ਼ਨ ਦੇ ਵਿੱਚ ਕੀ ਲੱਭਣਾ ਚਾਹੁੰਦੀ ਹਾਂ ਕਿ ਸਾਨੂੰ ਕਿਹੜੀਆਂ ਰਾਸ਼ੀਆਂ ਦਿੱਤੀਆਂ ਹੋਈਆਂ ਹਨ। ਤਾਂ ਬੇਟੇ ਇੱਕ ਤਾਂ ਮੇਰੇ ਕੋਲ ਘੰਟੇ ਹੈ ਯਾਨੀ ਸਮਾਂ ਹੈ, ਦੂਜੇ ਕੀ ਹਨ ਪੈਕਟ, ਕਿ ਇੰਨੇ ਘੰਟੇ ਵਿੱਚ ਇੰਨੇ 2 ਰਾਸ਼ੀਆਂ ਲੱਭ ਗਈਆਂ। ਇੱਕ ਤਾਂ ਕੀ ਹੈ ਸਮਾਂ, ਦੂਸਰਾ ਕੀ ਹੈ ਪੈਕਟਾਂ ਦੀ ਸੰਖਿਆ। ਤਾਂ ਫਿਰ ਬੇਟੇ ਮੈਂ ਟੇਬਲ ਬਣਾਵਾਂਗੀ। ਇੱਕ ਇਸ ਤਰ੍ਹਾਂ ਦਾ ਤੁਸੀਂ ਟੇਬਲ ਬਣਾਉਣਾ ਇਸ ਤਰ੍ਹਾਂ ਦੇ ਪ੍ਰਸ਼ਨ ਸੋਲਵ ਕਰਨ ਲਈ। ਇਸ ਪ੍ਰਸ਼ਨ ਲਈ ਆਪਾਂ ਇਹ ਟੇਬਲ ਵਿੱਚ ਆਪਾਂ ਕਿਹੜੀਆਂ 2 ਰਾਸ਼ੀਆਂ ਲਿਖਾਂਗੇ ਬੇਟਾ? ਪਹਿਲਾਂ ਅਸੀਂ ਲਿਖ ਲਿਆ ਸਮਾਂ ਘੰਟਿਆਂ ਵਿੱਚ, ਕਿਉਂਕਿ ਆਪਾਂ ਨੂੰ ਦਿੱਤਾ ਹੋਇਆ ਘੰਟਿਆਂ ਦੇ ਵਿੱਚ ਸਮਾਂ। ਦੂਸਰਾ ਬੇਟੇ ਅਸੀਂ ਲਿਖਿਆ ਪੈਕਟਾਂ ਦੀ ਸੰਖਿਆ। ਤਾਂ ਹੁਣ ਜੋ ਗਿਵਨ ਹੈ ਅਸੀਂ ਉਹਦੇ ਵਿੱਚ ਭਰ ਲਿਆ। ਜਦੋਂ 6 ਘੰਟੇ ਸਮਾਂ 6 ਘੰਟੇ ਸੀ ਤਾਂ ਪੈਕਟ ਕਿੰਨੇ ਬਣ ਰਹੇ ਹਨ ਬੱਚੇ? ਜੂਸ ਦੇ 840। ਉਸ ਤਰ੍ਹਾਂ ਜਦੋਂ ਸਮਾਂ ਸਾਡੇ ਕੋਲ 4 ਘੰਟੇ ਹੈ ਤਾਂ ਕਿੰਨੇ ਪੈਕਟ ਜੂਸ ਬਣਦਾ ਹੈ ਅਸੀਂ ਕਿਉਂਕਿ ਪਤਾ ਕਰਨਾ ਹੈ, ਅਤੇ ਅਸੀਂ ਉਸ ਰਾਸ਼ੀ ਨੂੰ ਅਸੀਂ ਕੀ ਲਿਖ ਲੈਂਦੇ ਹਾਂ ਬੇਟਾ? ਐਕਸ ਲਿਖ ਲੈਂਦੇ। ਅਤੇ ਜੇਕਰ ਤੁਹਾਡੇ ਕੋਲ ਕਾਪੀ ਪੈਨ ਹੈ ਤੁਸੀਂ ਵੀ ਇਸ ਤਰ੍ਹਾਂ ਦਾ ਟੇਬਲ ਜ਼ਰੂਰ ਬਣਾ ਲਓ ਬੇਟਾ ਦੇਖ ਕੇ। ਅਤੇ ਹੁਣ ਤੁਹਾਡੇ ਕੋਲ 2 ਰਾਸ਼ੀਆਂ ਹਨ, ਸਮਾਂ ਅਤੇ ਪੈਕਟਾਂ ਦੀ ਸੰਖਿਆ। ਹੁਣ ਤੁਸੀਂ ਮੈਨੂੰ 1 ਮਿੰਟ ਲਈ ਸੋਚ ਕੇ ਦੱਸੋ ਕਿ ਇਹ ਰਾਸ਼ੀਆਂ ਯਾਨੀ ਕਿ ਸਮਾਂ ਅਤੇ ਪੈਕਟਾਂ ਦੀ ਸੰਖਿਆ ਇਹ ਸਿੱਧੇ ਸਮਾਨ ਅਨੁਪਾਤ ਵਿੱਚ ਹਨ। ਕਹਿਣ ਦਾ ਭਾਵ ਇਹ ਹੈ ਕਿ ਜਿਵੇਂ ਜਿਵੇਂ ਸਮਾਂ ਵੱਧਦਾ ਜਾਵੇਗਾ ਉਵੇਂ ਉਵੇਂ ਪੈਕਟਾਂ ਦੀ ਸੰਖਿਆ ਵੀ ਵੱਧਦੀ ਜਾਵੇਗੀ।
ਤੇ ਬੇਟਾ ਇਹੋ ਜਿਹੇ ਪ੍ਰਸ਼ਨਾਂ 'ਚ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਸ ਵੀ ਉਹ ਮਸ਼ੀਨ ਨਾਲ ਬਣ ਰਹੇ ਹਨ ਉਹਦੀ ਸਪੀਡ ਇੱਕੋ ਜਿਹੀ ਰਹਿੰਦੀ ਹੈ, ਠੀਕ ਹੈ, ਯਾਨੀ ਉਹਨਾਂ ਦਾ ਅਨੁਪਾਤ ਇਹੀ ਰਹੇਗਾ, ਸੇਮ ਰਹੇਗਾ। ਤਾਂ ਦੱਸੋ ਤੁਸੀਂ ਹੁਣ ਇੱਥੇ ਆਪਾਂ ਸਿਰਫ ਇਹੀ ਚੀਜ਼ ਦੇਖਣੀ ਹੈ ਕਿ ਸਮੇਂ ਦੇ ਵਧਣ ਨਾਲ, ਸਮੇਂ ਦੇ ਘੰਟਿਆਂ ਦੀ ਸੰਖਿਆ ਵਧਣ ਨਾਲ ਕੀ ਪੈਕਟਾਂ ਦੀ ਸੰਖਿਆ ਵਧੇਗੀ ਕਿ ਘਟੇਗੀ, ਪਹਿਲਾਂ ਤਾਂ ਇਹ ਸੋਚੋ। ਹਾਂਜੀ ਬਿਲਕੁਲ ਠੀਕ, ਵਧੇਗੀ ਨੈਚੁਰਲੀ, ਜਿੰਨੇ ਜ਼ਿਆਦਾ ਘੰਟੇ ਉਹ ਮਸ਼ੀਨ ਚੱਲੇਗੀ ਉਨੇ ਜ਼ਿਆਦਾ ਪੈਕਟਾਂ ਦੀ ਸੰਖਿਆ ਵੀ ਬਣੇਗੀ। ਇਸ ਕਰਕੇ ਅਸੀਂ ਸਮਾਂ ਘੰਟਿਆਂ ਵਿੱਚ ਅਤੇ ਪੈਕਟਾਂ ਦੀ ਸੰਖਿਆ ਇਹ ਸਿੱਧੇ ਸਮਾਨ ਅਨੁਪਾਤ ਵਿੱਚ ਹਨ। ਜੇਕਰ ਬੇਟਾ ਸਿੱਧੇ ਸਮਾਨ ਅਨੁਪਾਤ ਵਿੱਚ ਹਨ ਤਾਂ ਆਪਾਂ ਨੂੰ ਪਤਾ ਹੈ ਕੀ ਹੋਵੇਗਾ, ਇਹਨਾਂ ਦੋਨਾਂ ਦੀ ਜਿਹੜੀ ਬੇਟੇ ਰੇਸ਼ੋ ਹੈ, ਅਨੁਪਾਤ ਹੈ, ਉਹ ਕੀ ਹੋਏਗਾ, ਬਰਾਬਰ ਹੋਏਗਾ। ਯਾਨੀ ਕਿ 6/840 ਬਰਾਬਰ ਹੈ 4/x। ਇਹ ਤੁਹਾਨੂੰ ਸਮਝ ਆ ਗਿਆ? ਆਪਾਂ ਇਹ ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਸੀ ਕਿ ਰੇਸ਼ੋ ਆਪਾਂ ਬਰਾਬਰ ਕਿਉਂ ਮੰਨਦੇ ਹਾਂ, ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜੀ ਉਹਦੀ ਸਪੀਡ ਹੈ ਮਸ਼ੀਨ ਦੀ ਉਹ ਸੇਮ ਰਹਿੰਦੀ ਹੈ, ਠੀਕ ਹੈ, ਜਿੰਨੇ ਵੀ ਘੰਟੇ ਚੱਲਦੀ ਹੈ ਉਹ ਸੇਮ ਰਹਿੰਦੀ ਹੈ ਮਸ਼ੀਨ। ਹਾਂ ਬੇਟਾ ਇਹਨੂੰ ਹੁਣ ਤੁਹਾਨੂੰ ਸੋਲਵ ਕਰਨਾ ਕਿਵੇਂ ਅਸੀਂ ਸਿੱਖਾਂਗੇ, ਅਸੀਂ ਕੀ ਕਰਦੇ ਹਾਂ ਬੇਟੇ, ਇਸ ਤਰ੍ਹਾਂ ਕ੍ਰੋਸ ਮਲਟੀਪਲਾਈ ਕਰਦੇ ਹਾਂ। ਇਸ ਤਰ੍ਹਾਂ ਅਸੀਂ ਵਿਚਕਾਟੀ ਦਾ ਇੱਕ ਨਿਸ਼ਾਨ ਲਾ ਲੈਂਦੇ ਹਾਂ, ਬਹੁਤ ਸੌਖੇ ਆ ਹੱਲ ਕਰਨੇ। ਫਿਰ ਅਸੀਂ 6 ਨੂੰ ਪਹਿਲਾਂ x ਨਾਲ ਬੇਟੇ ਗੁਣਾ ਕਰਾਂਗੇ, ਦੇਖ ਰਹੇ ਹੋ ਤੁਸੀਂ, ਬਰਾਬਰ ਹੈ 4 ਨੂੰ ਕਿਹਦੇ ਨਾਲ ਗੁਣਾ ਕਰਾਂਗੇ, 840। ਇਹ ਕ੍ਰੋਸ ਮਲਟੀਪਲਾਈ ਕਰ ਲਿਆ ਅਸੀਂ, ਤਾਂ ਉੱਥੋਂ ਅਸੀਂ ਬੇਟੇ x ਦੀ ਵੈਲਿਊ ਫਾਈਂਡ ਆਊਟ ਕਰਾਂਗੇ। ਤਾਂ ਜਿਹੜਾ 6 ਹੈ ਬੇਟੇ, ਉੱਧਰ ਜਾ ਕੇ ਸਾਨੂੰ ਪਤਾ ਹੈ ਸਮੀਕਰਨਾਂ ਹੱਲ ਕਰਨੀਆਂ ਅਸੀਂ 6ਵੀਂ ਸਤਿ ਵਿੱਚ ਬਹੁਤ ਅੱਛੀ ਤਰ੍ਹਾਂ ਸਿੱਖੀਆਂ ਹੋਈਆਂ ਹਨ। ਤਾਂ ਅਸੀਂ 6 ਨੂੰ ਇੱਧਰ, ਸਾਡੇ ਕੋਲ ਅੰਸ਼ ਹੈ ਉੱਧਰ, ਹਰ 'ਚ ਚਲਾ ਗਿਆ ਬੇਟੇ। ਉਸ ਤੋਂ ਬਾਅਦ ਅਸੀਂ ਇਹਨੂੰ ਸਿੰਪਲੀਫਾਈ ਕਰਾਂਗੇ। ਦੇਖੋ 2 ਦੇ ਟੇਬਲ 'ਤੇ ਅਸੀਂ ਪਹਿਲਾਂ ਕੱਟਿਆ, 2 2 4, 2 3 6। ਉਸ ਤੋਂ ਬਾਅਦ ਬੇਟੇ ਅਸੀਂ ਇਹਨੂੰ 3 ਦੇ ਟੇਬਲ 'ਤੇ ਕੱਟਿਆ ਬੇਟੇ, 3 ਨੂੰ 840 ਨਾਲ ਭਾਗ ਕੇ ਤਾਂ 280 ਬੇਟਾ। ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਆਂਸਰ ਹੈ ਉਹ ਕਿੰਨਾ ਆ ਜਾਂਦਾ ਹੈ, 560। ਯਾਨੀ ਕਿ 4 ਘੰਟਿਆਂ ਦੇ ਵਿੱਚ 560 ਪੈਕੇਟ ਜੂਸ ਹੈ ਜਿਹੜਾ ਉਹ ਉਸ ਕੰਪਨੀ ਦੇ ਵਿੱਚ ਬਣਦਾ ਹੈ। ਤਾਂ ਬੇਟੇ ਦੇਖਿਆ ਤੁਸੀਂ, ਇਸ ਤਰ੍ਹਾਂ ਜਦੋਂ ਵੀ ਪ੍ਰਸ਼ਨ ਆਇਆ ਤੁਸੀਂ ਬੜੇ ਧਿਆਨ ਨਾਲ ਉਹਦੀ ਰਕਮ ਪੜ੍ਹਨੀ ਹੈ ਅਤੇ ਇਹ ਟੇਬਲ ਬਣਾਉਣਾ। ਸਭ ਤੋਂ ਪਹਿਲਾਂ ਤਾਂ ਅੱਜ ਤੁਸੀਂ ਜਾ ਕੇ ਨਾ ਇਸ ਐਕਸਰਸਾਈਜ਼ ਦੇ ਵਿੱਚ ਜਿੰਨੇ ਵੀ ਕੁਐਸਚਨ ਹੈ ਉਹਦੇ ਤੁਸੀਂ ਟੇਬਲ ਬਣਾਉਣੇ ਸਿੱਖੋ, ਉਹਦੇ ਵਿੱਚੋਂ ਰਾਸ਼ੀਆਂ ਲੱਭੋ ਕਿ ਕਿਹੜੀਆਂ ਰਾਸ਼ੀਆਂ, ਕਿਵੇਂ ਉਹਦਾ ਟੇਬਲ ਬਣੇਗਾ। ਜਦੋਂ ਤੁਹਾਡਾ ਟੇਬਲ ਬਣ ਗਿਆ ਨਾ, ਤੁਹਾਡਾ ਅੱਧਾ ਸਵਾਲ ਬੇਟਾ ਸੋਲਵ ਹੋ ਜਾਂਦਾ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਬੇਟੇ ਡਾਇਰੈਕਟ ਪ੍ਰਪੋਰਸ਼ਨ, ਯਾਨੀ ਸਿੱਧੇ ਸਮਾਨ ਅਨੁਪਾਤ ਦੇ, ਕੀ ਆਪਾਂ ਡੇਲੀ ਲਾਈਫ ਦੇ ਵਿੱਚ ਕੋਈ ਅਸੀਂ ਇਹਨਾਂ ਦਾ ਯੂਜ਼ ਕਰ ਸਕਦੇ ਹਾਂ। ਦੇਖੋ ਬੇਟੇ ਬੜੇ ਧਿਆਨ ਨਾਲ, ਕਿ ਤੁਸੀਂ ਤੁਹਾਡੇ ਸਕੂਲ ਦੇ ਵਿੱਚ ਬਹੁਤ ਵੱਡੇ ਵੱਡੇ ਉੱਚੇ ਉੱਚੇ ਲੰਬੇ ਲੰਬੇ ਪੇੜ ਲੱਗੇ ਹੋਏ ਆ, ਹੈ ਨਾ, ਸਫੈਦੇ ਦੇ ਕਿੰਨੇ ਉੱਚੇ ਉੱਚੇ, ਹੋਰ ਬੜੇ ਪੇੜ ਆਪਣੇ ਉੱਚੇ ਹੁੰਦੇ ਆ, ਪਰ ਤੁਸੀਂ ਕੀ ਉਹਨਾਂ ਦੀ ਉਚਾਈ ਨਾਪ ਸਕਦੇ ਹੋ? ਇੰਨਾ ਉੱਚਾ ਲੰਬਾ ਪੇੜ ਆ, ਅਸੀਂ ਨਹੀਂ ਉਹਨੂੰ ਸਿੱਧੀ ਅਸੀਂ ਉਹਨੂੰ ਮਾਪ ਨਹੀਂ ਸਕਦੇ। ਤਾਂ ਉਹਦਾ ਦੇਖੋ ਬੇਟੇ ਇੱਕ ਬੜਾ ਸੌਖਾ ਤਰੀਕਾ, ਤੁਸੀਂ ਦੇਖ ਰਹੇ ਹੋ ਇੱਕ ਸਕੂਲ ਦੇ ਵਿੱਚ, ਬਿਲਕੁਲ ਇਹ ਕੀਤਾ ਹੋਇਆ ਐਕਸਪੈਰੀਮੈਂਟ ਹੈ, ਤੁਸੀਂ ਵੀ ਕਰਨਾ ਆਪਣੇ ਅਧਿਆਪਕ ਸਾਹਿਬਾਨ ਨੂੰ ਕਹਿ ਕੇ। ਇੱਕ ਬੇਟਾ ਇੱਕ ਡੰਡਾ ਲੈ ਲਿਆ ਛੋਟਾ ਜਿਹਾ, ਤੁਸੀਂ ਦੇਖ ਰਹੇ ਹੋ ਨਾ, ਦੇਖ ਤੁਹਾਡੇ ਕੋਲ ਇਹਦੇ ਵਿੱਚ ਪਿਕਚਰ ਦੇ, ਇੱਕ ਡੰਡਾ ਲੈ ਲਿਆ ਇਸ ਤਰ੍ਹਾਂ ਦਾ ਜਿਹਦੀ ਕਿ ਅਸੀਂ ਲੰਬਾਈ ਨਾਪ ਸਕੀਏ, ਉਹ ਡੰਡਾ ਲਗਾ ਕੇ ਜ਼ਮੀਨ 'ਚ ਗੱਡ ਕੇ, ਤਾਂ ਉਸੇ ਟਾਈਮ ਤੁਸੀਂ ਉਹਦੀ ਜਿਹੜੀ ਪਰਛਾਈ ਆ ਰਹੀ ਹੈ ਦੇਖ ਰਹੇ ਹੋ, ਪਰਛਾਈ ਨੀਚੇ ਸਰ, ਜੋ ਉਹਨਾਂ ਦੇ ਸਰ ਨਾਲ ਪਰਛਾਈ ਨਾਪ ਰਹੇ ਹੈ, ਡੰਡੇ ਦੀ ਪਰਛਾਈ, ਡੰਡੇ ਨੂੰ ਅਸੀਂ ਲੰਬਾਈ ਨਾਪ ਲਈ, ਉਹਨੂੰ ਜ਼ਮੀਨ ਦੇ ਵਿੱਚ ਗੱਡਿਆ ਅਤੇ ਉਹਦੀ ਅਸੀਂ ਪਰਛਾਈ ਜਿਹੜੀ ਹੈਗੀ ਨਾਪ ਲਈ। ਉਸ ਤੋਂ ਬਾਅਦ ਇਹ ਜ਼ਰੂਰ ਧਿਆਨ ਰੱਖਣਾ ਕਿ ਡੰਡੇ ਦੀ ਲੰਬਾਈ ਅਸੀਂ ਓਨੀ ਲੈਣੀ ਹੈ ਜੋ ਜ਼ਮੀਨ ਦੇ ਉੱਪਰ ਉੱਪਰ ਦਿਖ ਰਿਹਾ, ਜਿਹੜਾ ਅੰਦਰ ਚਲਾ ਗਿਆ ਜਿੰਨਾ ਹਿੱਸਾ ਉਹ ਤੁਸੀਂ ਨਿਸ਼ਾਨ ਲਾ ਕੇ ਜਿਵੇਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਹਿੱਸਾ ਅੰਦਰ ਹੈ, ਬਿਲਕੁਲ ਉਸੇ ਟਾਈਮ। ਵੈਸੇ ਜ਼ਿਆਦਾ ਅੱਛਾ ਹੋਵੇਗਾ ਜੇਕਰ ਤੁਸੀਂ ਸਾਈਮਲਟੇਨੀਅਸਲੀ ਨਾਪੋ, ਸਮਝ ਗਏ ਨਾ, 4 ਬੱਚੇ ਲੱਗੋ ਕਿ ਇੱਕ ਬੱਚਾ ਤਾਂ ਡੰਡੇ 'ਤੇ ਉਹਦੀ ਲੰਬਾਈ ਨਾਪ ਪਰਛਾਈ ਨਾਪ ਰਿਹਾ, ਉਸੇ ਟਾਈਮ ਦੂਸਰਾ ਬੱਚਾ ਦਰਖਤ ਦੀ ਪਰਛਾਈ ਹੈ ਜਿਹੜੀ ਉਹਦੀ ਮਾਪ ਰਿਹਾ ਹੈ, ਫਿਰ ਜ਼ਿਆਦਾ ਬਿਲਕੁਲ ਤੁਹਾਡੇ ਕੋਲ ਐਕੂਰੇਟ ਆਂਸਰ ਆਏਗਾ। ਕਿਉਂਕਿ ਬੇਟਾ ਸੂਰਜ ਦੀ ਜਿਹੜੀ, ਸੂਰਜ ਦਾ ਜਿਹੜਾ ਕੋਣ ਹੈ ਉਹਦੇ ਹਿਸਾਬ ਨਾਲ ਸਾਡੀ ਜਿਹੜੀ ਪਰਛਾਈ ਹੈ ਉਹ ਲੰਬੀ ਜਾਂ ਉਹਦੀ ਜਿਹੜੀ ਲੰਬਾਈ ਉਹਦੇ 'ਤੇ ਨਿਰਭਰ ਕਰਦੀ ਹੈ। ਤਾਂ ਬੇਟੇ ਅਸੀਂ ਇਹਨੂੰ ਹੱਲ ਕਰਦੇ ਹਾਂ। ਵਸਤੂ ਦੀ ਉਚਾਈ, ਮੰਨ ਲਓ ਉਸ ਟਾਈਮ ਜਿਹੜਾ ਤੁਹਾਡੇ ਕੋਲ ਡੰਡਾ ਹੈ ਜੋ ਜ਼ਮੀਨ ਤੋਂ ਉੱਪਰ ਜਿੰਨਾ ਹੈ ਉਹ ਹੈ 0.80 ਮੀਟਰ, ਠੀਕ ਹੈ, 1 ਮੀਟਰ ਹੈ ਅਤੇ ਪੁਆਇੰਟ ਜਿਹੜਾ ਉਹਦਾ 20.20 ਹੈ ਉਹਦੇ ਨੀਚੇ ਅਰਥ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਉਹਨੂੰ ਜ਼ਮੀਨ 'ਚ ਕੱਢਿਆ ਅਤੇ ਬਾਕੀ ਉਹਨੂੰ ਖੜ੍ਹਾ ਰੱਖਣ ਲਈ, ਅਤੇ ਵਸਤੂ ਦੇ ਪਰਛਾਵੇਂ ਦੀ ਲੰਬਾਈ ਜਿਹੜੀ ਆ ਰਹੀ ਸੀ 1.15 ਮੀਟਰ। ਤਾਂ ਅਸੀਂ ਹੁਣ ਇੱਕ ਉਸ ਪੇੜ ਦੀ ਲੰਬਾਈ ਪਰਛਾਈ ਨਾਪੀ, 4.6 ਮੀਟਰ ਆ ਰਹੀ ਸੀ, ਤਾਂ ਅਸੀਂ ਐਕਸ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਯਾਨੀ ਕਿ ਪੇੜ ਦੀ ਜਿਹੜੀ ਉਚਾਈ ਬੇਟਾ ਸਿੱਧੇ ਅਨੁਪਾਤ 'ਚ ਹੋਊਗੀ, ਆਪਾਂ ਨੂੰ ਪਤਾ ਹੀ ਹੈ, ਕਿਉਂਕਿ ਜਿੰਨਾ ਜ਼ਿਆਦਾ ਲੰਬਾ ਹੋਏਗਾ ਕੋਈ ਵੀ ਵਸਤੂ ਉਹਦੀ ਪਰਛਾਈ ਵੀ ਉਨੀ ਹੀ ਜ਼ਿਆਦਾ ਲੰਬੀ ਹੋਏਗੀ। ਤਾਂ ਬੇਟੇ ਦੇਖੋ ਅਸੀਂ ਇਹਨੂੰ ਸੋਲਵ ਕਰਿਆ ਅਤੇ ਸੋਲਵ ਕਰਕੇ ਸਾਡੇ ਕੋਲ ਆ ਗਿਆ ਕਿ ਜਿਹੜਾ ਪੇੜ ਹੈ
उस दी लंबाई किन्नी है 3.2 मीटर है। समझ रहे हो तुसी गल बेटे? तो इस तरह असी तुसी हुने एक्सपेरिमेंट जरूर करके देखना अपनी क्लास, तुहानू बड़ा अच्छा भी लगेगा, तुहानू समझ भी आ जाएगा कि समान अनुपात है जिहड़ा असी उस दी वरतों कित्थे करदे हां। हुण बेटे एक होर बड़ी आपां एक दिलचस्प जी असी एक मैं तुहाडे लई ना एक एग्जाम्पल ली है कि मैं एक टेबल बना के लिया है, तुसी चाहे आप भी करके देख लेना। मैं कि ले एक चक्कर कट्टे बेटा, चक्कर अलग अलग व्यास दे चक्कर है जेडे मैं ले 4 मीटर 5 मीटर 7 10 14। ठीक है बेटे? ते मैं उन्हां दे की मैयर कर ले घेरे, घेरा समझदे हो ना, जिवें आ तुसी चक्कर कट लिया, चक्कर दा तुहानू प्रकार ना बनाने आंदे हन। जे 4 सेंटीमीटर व्यास दा मतलब है 2 सेंटीमीटर अर्ध व्यास, 2 सेंटीमीटर प्रकार खोलो, चक्कर खिंच लो, फिर तुसी उसदा जिहड़ा चक्कर दा घेरा तुसी नाप सकदे हो। किसी भी चीज़ ना चाहे तां तुसी धागा लैके उहदे नाल तुसी उन्ना चक्कर कट के धागा उहदे आस पास घुमा के तुसी उहदी जिहड़ी लंबाई मैयर कर सकदे हो। तां बेटे इस तरह मैं की कीता, जिन्ना व्यास ते नाल नाल असी उहदा जिन्ना जिन्ना घेरा बेटे मैं इहदे च रिकॉर्ड कर लिया तुहाडे टेबल च। ठीक है? हुण तुसी इह तां देख रहे हो ना जिवें जिवें चक्कर दा व्यास वध रहा है उवें उवें चक्कर दा की वध रहा है, घेरा भी वध रहा है। तां आओ आपां देखिए, देखो बेटा चक्कर दा घेरे नूं मैं सी नाल लिखिया, सरकमफ्रेंस कहिंदे ना आपां इंग्लिश च, ते व्यास नूं की कहिंदे आ डायामीटर, तां डी नाल लिख लिया। आओ आपां इहनां दी की कढ़ीए रेशियो, आपां इहदा अनुपात कढ़ीए सी वटा डी। देखो बेटे 12.56/4, मैं इहनूं सोल्व करिया ते आ जाएगा 3.14। चलो हुण आपां सोल्व तां नहीं करांगे, तुसी इहनूं आप करके देखना डिवाइड। अगला लो बेटे, अगले दा देखो किन्ना अनुपात आ रहा है, 15.7 नूं फिर असी 5 नाल तां फिर किन्ना आ गया 3.14। उस तो अगला देखो हरेक वार किन्ना आ रहा है 3.14 आ रहा है। तो हुण देखो तुसी बड़ी इंट्रस्टिंग चीज़, इहदा मतलब चक्कर दा व्यास अते चक्कर दा घेरा ये दोवें राशियां सीधे समान अनुपात विच हन, क्योंकि एक दे वधन नाल दूजी वध रही है अते जिहड़ा उहनां दा अनुपात ओह बार बार की आ रहा है 3.14। ते बेटे जिहड़ा ये 3.14 है ना ये तुहाडे कोल कादी वैल्यू हुंदी है पाई दी। तुसी हुण अगे ना इस क्लास दे विच तुसी अगे चक्कर बारे पढ़ोगे तो उत्थे आपां पाई यूज करदे हाँ, तो इहनूं पाई नूं असीं स्थिर अंक कहने हाँ, कॉन्सटेंट। इहदी वैल्यू हमेशा तुहाडे कोल 3.14, असीं दो डिजिट्स तक लै लैंदे हाँ, वैसे इह जिहड़ी इहदी वधदे रहिंदे इहदे अगे जिहड़े डिजिट कदे भी खत्म नहीं हुंदे। ठीक है बेटे? तो याद रखना तुसी इह हमेशा इहदा मुल पाई दा की हुंदा है 3.14 असीं लैंदे हाँ। ठीक है? ते बेटे हुण एक क्वेश्चन मैं तुहाडे लई होर लैके आई हां, बड़ा इंपॉर्टेंट है कि मन लो 2 किलोग्राम खंड विच 9×10^6 क्रिस्टल हन। तुसी समझदे हो ना क्रिस्टल जिहड़ी चीनी दे विच छोटे छोटे दाने हुंदे क्रिस्टल, हेठां दित्ती खंड विच किन्ने क्रिस्टल होणगे? ठीक है बेटे? तो सब तो पहला तो तुसी मैनूं जल्दी नाल इहदे विच जिहड़ियां दो राशियां है वह लभ के दिखाओ किहड़ियां किहड़ियां हन। शाबाश, एक तां किलोग्राम यानी कि की है खंड दा भार, ते एक बेटा केड़ी राशि है क्रिस्टलां दी संख्या। बिल्कुल तुसी ठीक। तो आपां पहला बेटे टेबल बनाइए, शाबाश तुसी भी अपनियां कॉपियां च बनाओ, तुसी तां मैथों भी पहला बना लेना। वेरी गुड, टेबल बन गया अपना। पहली राशि अपने कोल की है खंड दा भार, या भार लिख लो, खंड दा भार लिखो, कादे च लेना असी किलोग्रामां विच। उस तों बाद बेटे दूसरी की है क्रिस्टलां दी संख्या। ठीक है बच्चे? हाँ जी। हुण जदों खंड दा भार 2 किलोग्राम सी, एक गल होर बेटे जदों तुसी इत्थे लिख लैंदे हो ना राशि इहदा अपना यूनिट लिख लिया इकाई किलोग्राम, तां इत्थे नाल किलोग्राम नहीं भी लिखो तां भी ठीक है। ते क्रिस्टलां दी संख्या बेटे किन्नी है 9×10^6। ठीक है? ते असी पता करना है जदों खंड 5 किलोग्राम है उदों क्रिस्टलां दी संख्या जिहड़ी है उह किन्नी होएगी। हुण देखो बेटे इह तुसी मैनूं फिर दसो फटाफट, जिन्ने ज़्यादा भार वधदा जाऊगा उवें क्रिस्टलां दी संख्या भी वधदी जाएगी, तो इहदा मतलब किहड़े उहदे विच हन सिद्धे समान अनुपात विच हन। ते सिद्धे समान अनुपात विच हन बेटे तां इहनां दी जिहड़ी की बराबर होएगी? शाबाश, दोनों की जिहड़ी रेशो है अनुपात है वह की होएगा? बराबर होएगा। सोल्व करना तुहानूं आंदा है, तुसी इस नूं क्रॉस मल्टीप्लाई करोगे तो यह की बन जाएगा तुहाडे कोल 2×x बराबर है, देखो 2 नूं x नाल गुणा कीती, 5×9×10^6। तां साडे कोल x बेटे किन्ना आ जांदा है
पांच गुना नौ गुना दस की पावर छे वटा दो। ठीक है बेटा, तुसी इस नूं अगे तुसी अपना सोल्व कर सकते हो तो तुहाडे कोल जिहड़ा तुहाडा आंसर आ जाएगा। उस तरह बेटे जे तुसी इसे टेबल दे विच तुसी फिर की करोगे, पांच किलोग्राम की जगह 1.2 किलोग्राम लिख लोगे तो तुसी इत्थों अपना सोल्व कर सकते हो। तो कहन दा भाव है कि प्रश्न हैं बेटे जिहड़े वह इन्ने ज़्यादा जिहड़े मुश्किल नहीं है, तुसी उन्हूं बड़े ध्यान नाल रकम जिहड़ी सब तो पहला पढ़नी है स्टेटमेंट, फिर तुसी उहदा टेबल बनाना है, फिर तुसी तीसरा स्टैप है कि तुसी देखना है सीधे अनुपात विच हन जे, तां फिर तुसी उन्हां दीआं जिहड़ीआं रेशोज़ है उन्होंने सीधिया लिख के दोनों दे तुसी रेशो नू बराबर कर देना, क्रॉस मल्टीप्लाई करो, आंसर आ जाता है। हुण एक प्रश्न मैं तुहाडे लई रख्या है, एक ट्रक 25 मिनट विच 14 किलोमीटर चलता है जे चाल उही रहे तां 5 घंटे विच इह किन्नी दूरी तय करेगा। ये प्रश्न तुसी बेटे ये तुहानू मैं अपने अगले लैक्चर तक ये तुहाडे लई एक काम है कि तुसी इहनू किवें सोल्व करके लैके आओगे। जो तुसी क्लास इत्थे आओगे तुहाडे कोल बेटा एक क्वेश्चन सोल्व होना चाहिए ताकि मैं तुहानू पुछां ते तुसी मैनू फटाफट आंसर कर दो कि भी इन्ना आंसर आया। तो करना तुहानू मैं दस्या सी स्टेटमेंट पढ़ के, तुसी राशियां पता करो, टेबल बनाओ, फिर तुसी देखो सीधे समान अनुपात विच हन ते तुसी दोनों दे अनुपात बराबर करके क्रॉस मल्टीप्लाई करो आंसर। हुण बेटा एक मैं तुहानू होर छोटा जिहा एक तुहानू काम दिंदी हां, मैं देखदी हां तुसी करके लियाओगे कि नहीं। तुहाडे सारयां दे कोल तुसी मैप देखिया है, नक्शे तुसी देखे हन, जिवें तुहानू मैं दिखा रही हां नक्शा, तुहाडे कोल आ मैप पिया है, तुसी देख पा रहे हो ना इस तरह दे मैप तुसी SST दे विच पढ़दे हो। हुण एक क्वेश्चन ये आप अगली बारी करांगे भी एक्टिविटी कि इस मैप तो इस मैप नू देख के तुसी किसे दो स्थानों दे विच, मान लो तुसी इस मैप च चंडीगढ़ लभ सकदे हो किथे है, उस तों बाद मान लो फॉर एग्जाम्पल तुसी गोवा लभ लिया किथे है, गोवा पता है, तुसी इन्हां दोनों दे विच दूरी पता करनी है मान लो, तो की तुसी ये दूरी पता कर सकते हो इस मैप की मदद नाल, या किसी भी दो स्थान इंडिया का मैप है मान लो तो किसी भी दो स्थान दे विच तुसी दूरी पता करनी है, तो तुसी ये दो तुहानू मैं काम तुहाडे लई छड्डे, एक तो क्वेश्चन ठीक है ना ट्रक वाला जिहड़ा आपां कीता, दूसरा तुहाडे लई क्वेश्चन मैं छड्डिया है कि एक मैप दे विचों कोई भी दो स्थान दे विच तुसी दूरी पता करनी है। तो चलो तुहानू मैं एक होर इहदा क्लू दे दिंदी हां कि अज जिहड़ा आपां सिख्या की सिख्या जे आपां सीधा समान अनुपात इहदी वरतों करके तुसी ये दूरी कढ सकदे हो, तो तुसी अपने अध्यापक सहबान की मदद भी लै सकदे हो। तो आपां अगली बार जदों लैक्चर शुरू करांगे आपां इन्हां दोनों प्रश्नों के नाल अपना लैक्चर स्टार्ट करांगे। मैनूं उम्मीद है कि तुहानू ये कॉन्सैप्ट चंगी तरह समझ आ गया होवेगा। थैंक यू सो मच बच्चों।